ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਮਹਿੰਦਰ ਗਾਂਜਾ ਸਕੂਲ ਵਿੱਚ ਡੀਡੀਓ ਪ੍ਰਿੰਸੀਪਲ ਬਲਵੀਰ ਸਿੰਘ ਅਤੇ ਇੰਚਾਰਜ ਨੀਰਜ ਸ਼ਰਮਾ ਲੈਕਚਰਰ ਮੈਥ ਦੀ ਅਗਵਾਈ ਦੇ ਵਿੱਚ ਇੱਕ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਅਤੇ ਨੀਰਜ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਕੁੱਲ 36 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ ਹਰ ਖੇਤਰ ਦੇ ਵਿੱਚ ਨਾਮਣਾ ਖੱਟਣ ਵਾਲੇ ਕਿੰਨੇ ਹੀ ਡਾਕਟਰ, ਖਿਡਾਰੀ, ਰਾਜਨੀਤਿਕ ਆਗੂ ਤੇ ਹੋਰ ਖੇਤਰਾਂ ਦੇ ਵਿੱਚ ਮੱਲਾ ਮਾਰਨ ਵਾਲੇ ਸਕੂਲ ਦੀ ਸਟੇਜ ਤੋਂ ਹੀ ਅੱਗੇ ਆਏ ਨੇ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਮੈਂ ਬਲਵੀਰ ਸਿੰਘ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ, ਰਾਜਪੁਰਾ। ਅੱਜ ਸਾਡੇ ਸਕੂਲ ਦੇ ਵਿੱਚ ਨੌਨ ਬੋਰਡ ਕਲਾਸਿਸ ਨੂੰ ਦੇ ਜਿਹੜੇ ਬੱਚੇ ਸਾਲਾਨਾ ਇਗਜ਼ਾਮ ਦੇ ਵਿੱਚ ਫਸਟ, ਸੈਕੰਡ, ਥਰਡ ਆਏ ਸੀ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਟੇਜ 'ਤੇ ਬੁਲਾ ਕੇ ਇਕੱਲੇ ਇਕੱਲੇ ਬੱਚੇ ਨੂੰ ਅਸੀਂ ਇਨਾਮ ਦਿੱਤੇ ਨੇ ਵੀ ਤਾਂ ਕਿ ਉਹਨਾਂ ਦੀ ਹੱਲਾਸ਼ੇਰੀ ਹੋਵੇ। ਇਸ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਫੰਕਸ਼ਨ ਇਹ ਕੀਤਾ ਸੀਗਾ। ਸਰ, ਕਿਹੜੇ ਕਿਹੜੇ ਖੇਤਰ ਦੇ ਵਿੱਚ ਸੰਬੰਧ ਸੀਗੇ ਜੇ ਤੁਸੀਂ ਪ੍ਰਾਈਜ਼ ਦਿੱਤਾ ਜੀ? ਇੱਕ ਤਾਂ ਇਹ ਅਕੈਡਮਿਕ ਸੀਗਾ ਵੀ ਜਿਹੜੇ ਬੱਚਿਆਂ ਨੇ ਸਾਲਾਨਾ ਪ੍ਰੀਖਿਆਵਾਂ ਦੇ ਵਿੱਚ ਫਸਟ, ਸੈਕਿੰਡ, ਥਰਡ ਆਏ ਨੇ ਅਤੇ ਦੂਜਾ ਜਿਹੜੇ ਸਾਇੰਸ ਪ੍ਰਦਰਸ਼ਨੀ ਦੇ ਵਿੱਚ ਜਾਂ ਜਦੋਂ ਸਾਡੇ ਬੱਚੇ ਦੂਜੇ ਕੰਪੀਟੀਸ਼ਨਾਂ ਦੇ ਜਾਂਦੇ ਨੇ ਜਿਵੇਂ ਕੋਈ ਇਨਵਾਇਰਮੈਂਟ ਦੇ ਨਾਲ ਕੋਈ ਸੰਬੰਧਿਤ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਫਸਟ ਆਏ ਸੀ ਉਹਨਾਂ ਪ੍ਰਤੀ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜੀ। ਅਸੀਂ ਕਹਿੰਦੇ ਹਾਂ ਵੀ ਤੁਸੀਂ ਵੀ ਇਹਨਾਂ ਬੱਚਿਆਂ ਤੁਹਾਡੇ 'ਚ ਵੀ ਕੋਈ ਇੰਨੀ ਘਾਟ ਨਹੀਂ ਹੈਗੀ, ਅੱਗੇ ਤਾਂ ਤੁਸੀਂ ਵੀ ਹਰ ਬੱਚੇ ਦੇ ਇੱਕ ਮਨ ਦੇ ਵਿੱਚ ਖਾਹਿਸ਼ ਹੁੰਦੀ ਹੈ ਵੀ ਅਸੀਂ ਨਾ ਸਟੇਜ 'ਤੇ ਆਈਏ। ਜਦੋਂ ਬੱਚਾ ਦੂਜੇ ਬੱਚਿਆਂ ਨੂੰ ਦੇਖਦਾ ਹੈ ਨਾ ਸਨਮਾਨਿਤ ਹੁੰਦਿਆਂ ਨੂੰ, ਉਹਦੇ ਮਨ ਦੇ ਵਿੱਚ ਇੱਕ ਜਗਿਆਸਾ ਆਉਂਦੀ ਹੈ ਵੀ ਮੈਂ ਵੀ ਸਟੇਜ 'ਤੇ ਹੋਵਾਂ। ਅਤੇ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਵੀ ਅੱਗੇ ਤਾਂ ਤੁਸੀਂ ਵੀ ਇੰਨੀ ਮਿਹਨਤ ਕਰੋ ਅਤੇ ਵੱਧ ਤੋਂ ਵੱਧ ਮੰਨ ਲਓ ਮਿਹਨਤ ਕਰਕੇ ਤੁਸੀਂ ਵੀ ਇਹ ਹਾਸਲ ਜਿਹੜੇ ਸਥਾਨ ਨੇ ਪ੍ਰਾਪਤ ਕਰੋ। ਸਰ, ਜਿਵੇਂ ਤੁਹਾਡਾ ਸਰਕਾਰੀ ਸਕੂਲ ਹੈ, ਇਹਨਾਂ ਦੇ ਵਿੱਚੋਂ ਕੋਈ ਬੱਚਾ ਹੈਗਾ ਇਸ ਤਰ੍ਹਾਂ ਜਿਹਨੂੰ ਕਾਫੀ ਵੱਡੀ ਕੋਈ ਪੋਸਟ ਤੇ ਪਹੁੰਚੇ? ਸਾਡੇ ਜਿਹੜੇ ਬੱਚੇ ਨੇ ਇੱਥੋਂ ਪੜ੍ਹ ਲਿਖ ਕੇ ਵੱਡੀਆਂ ਵੱਡੀਆਂ ਪੋਸਟਾਂ ਤੇ ਜਾਂਦੇ ਨੇ ਜਿਵੇਂ ਡਾਕਟਰ ਨੇ ਸਾਡੇ ਸਕੂਲ ਤੋਂ ਜਿਹੜੇ ਪ੍ਰੋਡਕਟ ਆ ਤੇ ਆਰਮੀ ਦੀ ਵਧੀਆ ਪੋਸਟਾਂ ਦੇ ਨੇ, ਪੁਲਿਸ 'ਚ ਨੇ, ਕੋਈ ਇੰਜੀਨੀਅਰ ਬਣਦੇ ਨੇ ਸਾਡੇ ਇੱਥੋਂ, ਮਤਲਬ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਹੈਗੇ ਹਰੇਕ ਖੇਤਰ ਦੇ ਵਿੱਚ ਨਾਮ ਖੱਟਿਆ ਹੋਇਆ? ਹਾਂਜੀ, ਸਾਡੇ ਸਕੂਲ ਦੇ ਵਿੱਚ ਹਰ ਖੇਤਰ ਦੇ ਵਿੱਚ ਨਾਮ ਨਾ ਖੱਟਦੇ ਨੇ। ਅਸੀਂ ਮੰਨ ਲਓ ਇਹ ਨਹੀਂ ਹੈਗਾ ਵੀ ਸਰਕਾਰੀ ਸਕੂਲ ਅੱਜ ਜਿਹੜੇ ਕਿਸੇ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨੇ। ਤੇ ਸਰ, ਜਿਹੜੇ ਅੱਜ ਬੱਚੇ ਤੁਸੀਂ ਪ੍ਰਾਈਜ਼ ਦਿੱਤੇ ਹੈ, ਅਪਰੋਕਸੀਮੇਟਲੀ ਕਿੰਨੇ ਕੁ ਬੱਚੇ ਹੋਣਗੇ ਜੀ? ਸਾਡੇ ਸਕੂਲ ਦੇ ਵਿੱਚ ਨੀਅਰ ਅਬਾਊਟ ਅੱਜ ਅਸੀਂ 36 ਬੱਚਿਆਂ ਨੂੰ ਮੰਨ ਲਓ ਪ੍ਰਾਈਜ਼ ਦਿੱਤੇ। ਮੈਂ ਜੀ ਵੀਨਾ ਅਰੋੜਾ ਇਸੇ ਸੰਸਥਾ ਵਿੱਚ ਬਤੌਰ ਸਾਇੰਸ ਮਿਨਿਸਟਰ ਕੰਮ ਕਰ ਰਹੀ ਹਾਂ ਅਤੇ ਫੀਲਡ ਦੇ ਵਿੱਚ ਐਜ਼ ਏ BM ਸਾਇੰਸ ਬਲੌਕ ਰਾਜਪੁਰਾ ਵਾਲ ਲਈ ਕੰਮ ਕਰ ਰਹੀ ਹਾਂ। ਅੱਜ ਦੇ ਸਾਲਾਨਾ ਫੰਕਸ਼ਨ ਦੇ ਮੌਕੇ ਜਿਹੜੀ ਗੱਲ ਮੈਨੂੰ ਸਭ ਤੋਂ ਵਧੀਆ ਲੱਗੀ ਇਹ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਕੋਵਿਡ ਕਰਕੇ ਜਾਂ ਹੋਰ ਕਾਰਨਾਂ ਕਰਕੇ ਅਜਿਹੇ ਫੰਕਸ਼ਨ ਸਾਡੇ ਸਕੂਲ ਵਿੱਚ ਕਿਸੇ ਕਾਰਨ ਕਰਕੇ ਔਰਗੇਨਾਈਜ਼ ਨਹੀਂ ਹੋਏ। ਅੱਜ ਜੋ ਫੰਕਸ਼ਨ ਦੇਖਿਆ ਮੈਨੂੰ ਦਿਲੀ ਖੁਸ਼ੀ ਹੋਈ ਔਰ ਸਾਡੇ ਸੰਸਥਾ ਦੇ ਪ੍ਰਿੰਸੀਪਲ ਦੇ ਨਾਲ ਮਿਸਟਰ ਨੀਰਜ ਜੀ ਨੇ ਜੋ ਅੱਜ ਇਹ ਅਨਾਊਂਸਮੈਂਟ ਕੀਤੀ ਕਿ ਅੱਜ ਅਕੈਡਮਿਕ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਤਾਂ ਸਨਮਾਨਿਤ ਕੀਤਾ ਹੀ ਗਿਆ ਅਤੇ ਅੱਗੇ ਪੂਰੀ ਵਧੀਆ ਯੂਨੀਫਾਰਮ 'ਚ ਆ ਕੇ ਬੱਚੇ ਜੇ ਡਿਸਿਪਲਿਨ ਰਹਿੰਦੇ ਆ, ਰੋਜ਼ਾਨਾ ਆਪਣੀ ਹਾਜ਼ਰੀ ਪੂਰੀ ਰੱਖਣ ਦੀ ਕੋਸ਼ਿਸ਼ ਕਰਦੇ ਆ ਔਰ ਸਪੋਰਟਸ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ, ਕਿਉਂਕਿ ਮੇਰਾ ਮੰਨਣਾ ਹੈ ਕਿ ਬੱਚੇ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਖੇਤਰ ਵਿੱਚ ਉਹ ਕਾਬਲ ਹੁੰਦੇ ਆ ਅਤੇ ਮਿਸਟਰ ਨੀਰਜ ਜੀ ਵੱਲੋਂ ਜੋ ਇਹ ਅਨਾਊਂਸਮੈਂਟ ਕੀਤੀ ਗਈ ਕਿ ਜੋ ਬੱਚਾ ਜਿਸਦੇ ਕਾਬਲ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਏਗਾ, ਇਹ ਅੱਜ ਕਦਮ ਮੈਨੂੰ ਕਾਫੀ ਸ਼ਲਾਘਾਯੋਗ ਲੱਗਿਆ ਸਾਡੇ ਮਹਿੰਦਰਗੰਜ ਪਰਿਵਾਰ। ਮੈਡਮ, ਤੁਸੀਂ ਸਾਰੇ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਕਨਵੇ ਕਰਨਾ ਚਾਹ ਰਹੇ ਹੋ? ਮੇਰਾ ਇਹੀ ਸੰਦੇਸ਼ ਹੈ ਕਿ ਇਸ ਤਰ੍ਹਾਂ ਦੇ ਸਟੇਜ ਤੇ ਆ ਕੇ ਜੋ ਅੱਜ ਮੈਂ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ, ਅਧਿਆਪਕ ਖੁਸ਼ ਸਨ ਕਿ ਉਹਨਾਂ ਦੀ ਮਿਹਨਤ ਦਾ ਜਦੋਂ ਮੁੱਲ ਪੈਂਦਾ, ਅਧਿਆਪਕ ਖੁਸ਼ ਸੀ, ਵਿਦਿਆਰਥੀ ਖੁਸ਼ ਸੀ, ਤਾਂ ਮੈਂ ਇਹਨਾਂ ਪੇਰੈਂਟਸ ਨੂੰ, ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਦਾ ਬੱਚਾ ਘੱਟ ਨਹੀਂ ਹੁੰਦਾ, ਕੁਝ ਬੱਚੇ ਪੜ੍ਹਾਈ 'ਚ ਵਧੀਆ ਹੁੰਦੇ ਆ, ਕੁਝ ਕਲਾ ਦੇ ਖੇਤਰ ਵਿੱਚ ਵਧੀਆ ਹੁੰਦੇ ਆ, ਕੁਝ ਆਪਣੇ ਡਿਸਿਪਲਿਨ ਦੇ ਵਿੱਚ ਵਧੀਆ ਹੁੰਦੇ ਆ। ਹਰ ਬੱਚੇ ਨੂੰ ਬਰਾਬਰ ਮੌਕਾ ਮਿਲੇਗਾ ਸਟੇਜ 'ਤੇ ਆਉਣ ਦਾ, ਸਿਰਫ ਥੋੜ੍ਹੀ ਜਿਹੀ ਉਹਨਾਂ ਵੱਲੋਂ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਰੈਗੂਲਰ ਆਪਣੇ ਬੱਚੇ ਨੂੰ ਇਹਨਾਂ ਕੰਮਾਂ ਲਈ ਪ੍ਰੇਰਿਤ ਕਰਦੇ ਰਹਿਣ ਅਤੇ ਸਾਡੇ ਅਧਿਆਪਕ ਤਾਂ ਕਰਦੇ ਹੀ। ਮੈਨੂੰ ਖਾਸ ਜੋ ਵਧੀਆ ਗੱਲ ਲੱਗ ਰਹੀ ਹੈ ਇਹ ਕਿ ਸਕੂਲ ਜਿਹੜਾ ਹੁੰਦਾ ਇੱਕ ਛੋਟੀ ਜਿਹੀ ਪੌੜੀ ਦੀ ਤਰ੍ਹਾਂ ਕੰਮ ਕਰਦਾ ਹੈ। ਇੱਥੋਂ ਵਿਦਿਆਰਥੀ ਜੇ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਜਾਰੀ ਰੱਖਣ ਤਾਂ ਕੋਈ ਵੱਡੀ ਗੱਲ ਨਹੀਂ ਕਿ ਆਪਾਂ ਕਹੀਏ ਕਿਤੇ ਅਸਮਾਨ ਤੋਂ ਉਤਰਦੇ ਹਾਂ, ਨੈਸ਼ਨਲ ਵਿੱਚ ਭਾਗ ਲੈਣ ਵਾਲੇ, ਇੰਟਰਨੈਸ਼ਨਲ
मुकाबलों में भाग लैन वाले वो इतों साढ़े बच्चों ही होंगे तो मैं अज के मौके बच्चों उन्होंने मापिया सारे अध्यापकों यही मैं संदेश देना लग रहा है कि अगर वो मेहनत करन तो इस तो छोटी जी पौड़ी है साड़ा स्कूल इतों अगर मेहनत करते करते अगे जाएंगे तो कोई बहुत वड्डी गल नहीं कि इंटरनेशनल मुकाबलों में भी मल्ला मारनगे उत्साहित कर दिया मेरे सारे स्टाफ मेंबर मेरे सारे इत्थे दे चेयरपर्सन जिन्होंने ये हल्लाशेरी बच्चों नूं दे के रखी है कि जेडे पढ़ाई च वधिया वह तो वधिया है ही पढ़ाई दे नाल नाल ए खेतर विच भी काम करन वाले विद्यार्थी किसे तो घट नहीं। मैं नीरज शर्मा स्कूल इंचार्ज मैथ लैक्चरर सरकारी सीनियर सैकेंडरी स्कूल महिंदरगंज अज असी सालाना प्राइज डिस्ट्रीब्यूशन की एनुअल प्राइज डिस्ट्रीब्यूशन सैरेमनी की हैगी है। स्कूल एक ऐसी संस्था हुंदी है जिन्हों इन्ने मौके प्रोवाइड करने बनते हैं कि हर बच्चा पार्टीसपेट करे किधरे ना किधरे जिदा का वह इंट्रस्ट है जिदा के वेद कपैसिटीज है स्कूल ने उन्होंने मौके प्रोवाइड करने होंगे तो साडा स्कूल भी इस तर्ज के उत्ते बच्चों मौके प्रोवाइड करता वक् वक् तरह के कल्चरल प्रोग्राम असी स्कूल कराने क्विज कंपीटिशन असी कराने ये नाल अज जरा अकैडमिक्स जोड़े बच्चों ने एक्सेल किया असी उन्होंने सन्मानित किया तो साडे को गवर्नमेंट स्कूल के इन्ने बेस्ट क्वालिफाइड टीचर्स ने हुण किन्ने तो डॉक्टरेट ने इत्थे हर एक दी जिस सबजैक्ट का वो हैगा सबजैक्ट एक्सपर्ट है ये नाल उहदियां एक्सट्रा क्वालिफिकेशन देनियां कि बच्चे भरपूर फायदा उठा सकते हैं उन्होंने सरकारी स्कूलों के आके तो साढ़े स्कूल के बच्चे नैशनल लैवल तक भी खेड के आए हैं साढ़े स्कूल का बच्चा जज भी है डॉक्टरेट भी ने जिहड़ी फील्ड ये इन्ना पुराना स्कूल है बिफोर इंडिपेंडेंस ये चलता है कि इन्ने ओल्ड एज लोग आते हैं तो कहें असं इतने पढ़े हुए हैं तो बड़िया बड़िया उच्चिया पदवियों तो रिटायर हुए हैं तो हूँ भी बहुत सारे लोग काम कर रहे हैं। ये एक रिकॉर्ड देखा कि 1872 तो पहला का यह स्कूल है। हाँ जी हाँ जी 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 ये बिल्डिंग भी बहुत पुरानी है वो देख के पता लगता है कि बहुत यूनिक बिल्डिंग है बहुत पुरानी है ते पुराना स्कूल है। ते तुसीं सर अज दे फंक्शन वाले बच्चों नूं ते टीचर नूं की सर विच तुसीं इंचार्ज रह गए की मैसेज कन्वे करना चाह रहे हैं जी? मैं टीचर वास्ते जिहड़ा प्राइमरी है वह स्टूडेंट ही होना चाहिए तो वही होंगे अदर थिंग्स कोई उहदे रिलेशन ने स्कूल च फ्रेंड्स हैं या स्कूल है एवरीथिंग इज सेकेंडरी प्राइमरी जिहड़ा हैगा वह स्टूडेंट ही है तो उहदी ऑलराउंड डेवलपमेंट वास्ते उन्हें अच्छा वेलबींग बनाने वास्ते हर एफर्ट टीचर नो करना बनता है। सर समय समय दी जी संस्थाएं है जी समाज सेवी संस्थाएं वो तो स्कूल चक्कर लाउंदे ने नहीं तुसी उन्हां नु कोई मैसेज कन्वे कर बिल्कुल बिल्कुल मैं बहुत दिलो धन्यवादी हां उन्हां दा साडा स्टाफ धन्यवादी है हुण लेटेस्ट ही कुछ दिन पहला एक समाज संस्था ने वाटर कूलर बच्चों नु ठीक करवा के दिता है ਉਹਦੇ ਨਾਲ ਹੋਰ ਵੀ ਜਿਹੜੀਆਂ ਛੋਟੀਆਂ ਛੋਟੀਆਂ ਕਮੀਆਂ ਨੇ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਕੋਲ ਜਿਹੜਾ ਬੇਸਿਕ ਹੈਗਾ ਇਨਫਰਾਸਟ੍ਰਕਚਰ ਦੀ ਘਾਟ ਹੈ ਬੱਚਿਆਂ ਦੇ ਅਕੋਰਡਿੰਗ ਉਦਾਂ ਦੇ ਕਮਰੇ ਲੈਬਸ ਨਹੀਂ ਹੈਗੀਆਂ ਸਾਇੰਸ ਗਰੁੱਪ ਚੱਲਦਾ ਹੈਗਾ ਇੱਥੇ ਬਹੁਤ ਪੁਰਾਣਾ ਮੋਰ ਦੈਨ 100 ਸਟੂਡੈਂਟਸ ਨਾਨ ਮੈਡੀਕਲ ਮੈਡੀਕਲ ਦੇ ਪੜ੍ਹਦੇ ਹੈਗੇ ਆ ਇਨਫਰਾਸਟ੍ਰਕਚਰ ਦੀ ਸਾਡੇ ਕੋਲ ਬਹੁਤ ਕਮੀ ਤੇ ਕੁਝ ਟੀਚਰ ਕੁਝ ਘੱਟ ਹੋਣ ਕਾਰਨ ਟੀਚਰਸ ਤੇ ਵਰਕਲੋਡ ਵੀ ਜ਼ਿਆਦਾ ਫਿਰ ਉਹਦਾ ਕਿਧਰੇ ਨਾ ਕਿਧਰੇ ਥੋੜ੍ਹਾ ਜਿਹਾ ਅਸਰ ਟੀਚਰ ਦੇ ਮਨੋਬਲ ਤੇ ਜ਼ਰੂਰ ਪੈਂਦਾ ਜਦੋਂ ਵਰਕਲੋਡ ਬਹੁਤ ਜ਼ਿਆਦਾ। ਰਾਜਪੁਰਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
यूट्यूब दे उत्ते वीडियो खबरां देखने दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखने दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो।